ਨਮਸਤੇ ਸਤਿ ਸ਼੍ਰੀ ਅਕਾਲ ਸਲਾਮ ਅਲੈਕੁਮ ਹੋਰ ਕਿੱਦਾਂ ਜੀ ਨਾ ਮਸਜਿਦ ਦੀ ਨਾ ਮੰਦਰ ਦੀ ਨਾ ਮਸਜਿਦ ਦੀ ਨਾ ਮੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਬੰਦ ਜ਼ੁਬਾਨ ਨਾਲ ਦੱਸਖਾਂ ਮੈਨੂੰ ਕਿੱਦਾਂ ਬੋਲੀ ਦਾ ਬੰਦ ਜ਼ੁਬਾਨ ਨਾਲ ਦੱਸਖਾਂ ਮੈਨੂੰ ਕਿੱਦਾਂ ਬੋਲੀ ਦਾ ਨੌ ਦਰਵਾਜ਼ੇ ਲੰਘ ਕੇ ਦਸਵਾਂ ਕਿੱਦਾਂ ਖੋਲੀ ਦਾ ਬਿਨ ਤੇਲ ਬਿਨ ਬੱਤੀ ਉਹ ਦੀਵਾ ਕਿੱਥੇ ਜਗਦਾ ਏ ਬਿਨ ਤੇਲ ਬਿਨ ਬੱਤੀ ਉਹ ਦੀਵਾ ਕਿੱਥੇ ਜਗਦਾ ਏ ਬੰਦ ਅੱਖਾਂ ਨਾਲ ਮੁਰਸ਼ਦ ਦੱਸ ਕਿੱਥੇ ਟੋਲੀ ਦਾ ਰੋਲ ਕੇ ਵਧੀਆਂ ਓਏ ਬਣ ਜਾ ਛਲ ਸਮੁੰਦਰ ਦੀ ਓਏ ਮੌਲਾ ਕੋਈ ਗੱਲ ਸੁਣਾ ਦੇ ਅੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਹਾਂਜੀ ਦੋਸਤੋ ਇਹ ਬੜੀ ਗੂੜੀ ਜਿਹੀ ਗੱਲ ਹੈ ਜੀ ਜੋ ਆਪਾਂ ਗੱਲਬਾਤ ਕਰ ਰਹੇ ਹਾਂ ਕਹਿੰਦੇ ਆਪਾਂ ਆਪਣੇ ਆਪ ਨੂੰ ਨਹੀਂ ਪਹਿਚਾਣ ਰਹੇ ਆਪਾਂ ਕਮ ਸੇ ਕਮ ਆਪਣੇ ਆਪ ਨੂੰ ਪਹਿਚਾਣ ਗਿਆ ਤੁਸੀਂ ਸਭ ਕੁਝ ਜ਼ਿੰਦਗੀ 'ਚ ਪਾ ਸਕਦੇ ਹੋ ਸਿਰਫ ਆਪਣੇ ਆਪ ਨੂੰ ਟੋਲਣ ਦੀ ਜ਼ਰੂਰਤ ਹੈ ਕਿ ਆਪਣੇ ਅੰਦਰ ਕੀ ਹੈ ਨੌ ਦਰਵਾਜ਼ੇ ਤਾਂ ਬੰਦਾ ਖੋਲ ਲੈਂਦਾ ਦਸਵਾਂ ਖੋਲਣਾ ਬਹੁਤ ਔਖਾ ਹੈ ਅਤੇ ਜਿਹੜਾ ਦਸਵਾਂ ਦੁਆਰ ਹੈ ਉਹ ਕੋਈ ਕੋਈ ਖੋਲ ਸਕਦਾ ਪਰ ਉਹ ਖੋਲਣ ਲਈ ਕੋਈ ਜ਼ਿੰਦਗੀ ਦੇ ਵਿੱਚ ਤੁਹਾਨੂੰ ਡਿਫਰੈਂਟ ਨਹੀਂ ਬਣਨ ਦੀ ਲੋੜ ਸਿਰਫ ਆਪਣੇ ਆਪ ਨੂੰ ਪਹਿਚਾਣਨ ਦੀ ਲੋੜ ਆਪਣੇ ਅੰਦਰੋਂ ਗੱਲਬਾਤ ਸਮਝਣ ਦੀ ਲੋੜ ਹੈ ਕਿ ਤੁਸੀਂ ਅਸਲੀ ਹਕੀਕਤ 'ਚ ਹੈ ਕੀ ਹੋ ਕਹਿੰਦੇ ਜ਼ਿੰਦਗੀ ਦੇ ਵਿੱਚ ਕਦੀ ਆਪਣੇ ਆਪ ਨੂੰ ਪਹਿਚਾਣ ਕੇ ਦੇਖੋ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੋ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਪੋਜ਼ਿਟਿਵ ਹੋ ਤਾਂ ਪਰਮਾਤਮਾ ਵੀ ਤੁਹਾਡੇ ਨਾਲ ਖੜਦਾ ਲੋਕਾਂ ਦੇ ਲਈ ਕਦੀ ਧੋਖਾ ਠੱਗੀ ਝੂਠ ਫਰੇਬ ਨਾ ਰੱਖੋ ਦਿਲ 'ਚ ਖੋਟ ਨਾ ਰੱਖੋ ਸਗੋਂ ਜੇ ਕੋਈ ਦੁਸ਼ਮਣ ਤੁਹਾਡੇ ਨਾਲ ਮਾੜਾ ਕੰਮ ਵੀ ਕਰਦਾ ਹੈ ਬਦੀ ਵੀ ਕਮਾਉਂਦਾ ਕੋਈ ਗੱਲ ਨਹੀਂ ਉਹਨੂੰ ਹੱਸ ਕੇ ਕਹੋ ਮਿੱਤਰਾ ਤੇਰੀ ਤਾਂ ਇੰਨੀ ਕੁ ਚਾਲ ਸੀ ਅਸੀਂ ਤਾਂ ਆਪਣੀ ਚਾਲ ਚੱਲਦੇ ਜਾਣਾ ਆਪਣੀ ਮੌਜ ਮਸਤੀ 'ਚ ਝੂਮਦੇ ਜਾਓ ਕਿਉਂਕਿ ਜ਼ਿੰਦਗੀ 4 ਦਿਨਾਂ ਦਾ ਮੇਲਾ ਕਿਹਨੇ ਕਿਸ ਨੂੰ ਮਿਲਣਾ ਬਾਅਦ ਵਿੱਚ ਪਤਾ ਹੀ ਨਹੀਂ ਪਤਾ ਨਹੀਂ ਜ਼ਿੰਦਗੀ ਤੋਂ ਬਾਅਦ ਕੀ ਹੋਣਾ ਕਿਹਨੇ ਕੀ ਕਰਨਾ ਇਹ ਜਿਹੜਾ ਤਣ ਹੈ ਨਾ ਮਿੱਟੀ ਹੈ ਸਵਾਹ ਹੋ ਜਾਣਾ ਉਸ ਤੋਂ ਬਾਅਦ ਪਤਾ ਨਹੀਂ ਕਿਹਦੇ ਕੰਮ ਆਉਣਾ ਇਹ ਰਾਖ ਵੀ ਕਿਸੇ ਨੇ ਇਹ ਫਰੋਲਣੀ ਹੈ ਕਿ ਨਹੀਂ ਕਿ ਉੱਦਾਂ ਹੀ ਕਿਸੇ ਨੇ ਸਿੱਟ ਦੇਣੀ ਹੈ ਜਾਂ ਪਾਣੀ 'ਚ ਵਹਾ ਦੇਣੀ ਹੈ ਸਗੋਂ ਇਸ ਨਸ਼ਵਰ ਸਰੀਰ ਕਹਿੰਦਾ ਨਾ ਪਸ਼ੂਆਂ ਦਾ ਸਰੀਰ ਉਹਦਾ ਚੰਮ ਤਾਂ ਮਰੇ ਤੋਂ ਬਾਅਦ ਵੀ ਕੰਮ ਆ ਜਾਂਦਾ ਆਪਾਂ ਲੈਦਰ ਦੇ ਸ਼ੂਜ਼ ਪਾ ਲਏ ਹੈ ਨਾ ਕਹਿੰਦਾ ਇਨਸਾਨ ਦਾ ਚੰਮ ਵੀ ਨਹੀਂ ਕੰਮ ਆਉਂਦਾ ਤੁਹਾਨੂੰ ਪਤਾ ਅਤੇ ਫਿਰ ਵੀ ਆਪਾਂ ਪਸ਼ੂਆਂ ਨੂੰ ਮਾੜਾ ਕਹਿੰਦੇ ਹਾਂ ਕਹਿੰਦੇ ਹਰੇਕ ਇਨਸਾਨ ਦੀ ਰੱਬ ਨੇ ਫਿਦਰਤ ਬਣਾਈ ਹੈ ਉਹਦੀ ਕਾਬਲੀਅਤ ਬਣਾਈ ਹੈ ਉਹਦੇ ਆਪ 'ਚ ਕਿ ਉਹ ਕਿੱਥੇ ਕੀ ਕਰ ਸਕਦਾ ਸੋ ਦੋਸਤੋ ਐਸੀ ਗੱਲਬਾਤ ਨਾਲ ਤੁਸੀਂ ਮੈਨੂੰ ਸਪੋਰਟ ਕਰਦੇ ਮੈਨੂੰ ਪਿਆਰ ਕਰਦੇ ਮੈਨੂੰ ਬਹੁਤ ਅੱਛਾ ਲੱਗਦਾ ਅਤੇ ਇੱਕ ਮੈਨੂੰ ਪਤਾ ਸਾਰੇ ਮੇਰੇ ਜਿੰਨੇ ਵੀ ਫੈਨ ਫੋਲੋਇੰਗ ਆ ਉਹ ਮੈਨੂੰ ਦਿਲੋਂ ਕਹਿੰਦੇ ਹੁੰਦੇ ਜੀ ਮੈਡਮ ਮੇਰਾ ਨਾਮ ਬੋਲੇ ਦੋਸਤੋ ਜਿਹੜੀ ਸ਼ਾਇਰੀ ਹੈ ਗੱਲਬਾਤ ਹੈ ਜੇ ਤੁਸੀਂ ਪਿੰਕੀ ਸੰਧੂ ਨੂੰ ਫੋਲੋਅਪ ਕਰਦੇ ਹੋ ਤਾਂ ਤੁਹਾਡੇ ਸਾਰਿਆਂ ਦੇ ਨਾਮ ਹੀ ਸ਼ਾਇਰੀ ਆਟੋਮੈਟਿਕਲੀ ਤੁਹਾਡੇ ਸਾਰਿਆਂ ਦਾ ਨਾਮ ਮੈਂ ਬੋਲਦੀ ਹਾਂ ਜੀ ਔਰ ਇਹ ਸੋਚ ਕੇ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਖੁਸ਼ ਰੱਖਣਾ ਸਿੱਖਿਆ ਕਰੋ ਅਤੇ ਐਚ ਕੇ ਆਰ ਤਾਂ ਤੁਹਾਨੂੰ ਪਤਾ ਹੀ ਹੈ ਪਿੰਕੀ ਦੀ ਫੇਵਰੇਟ ਟੈਗਲਾਈਨ ਹਮੇਸ਼ਾ ਖੁਸ਼ ਰਹੋ ਕਾਮਯਾਬ ਰਹੋ ਬਾਦ ਰਹੋ ਦੋਸਤੋ ਸੋ ਕੀਪ ਸਪੋਰਟਿੰਗ ਦੋਸਤੋ ਤੁਹਾਡੀ ਪਿੰਕੀ ਸੰਧੂ ਪਿੰਕੀ ਮੋਗੇ ਵਾਲੀ ਲਵ ਯੂ ਗਾਇਸ ਅਤੇ ਫਿਰ ਹੋ ਜੇ ਤੁਹਾਨੂੰ ਪਤਾ ਹੀ ਹੈ ਆਪਣੀ ਜ਼ਿੰਦਗੀ 'ਚ ਇਹੀ ਖਾਸੀਅਤ ਹੁੰਦੀ ਹੈ ਕਿ ਜ਼ਿੰਦਗੀ 'ਚ ਕਾਮਯਾਬ ਵੀ ਤੁਸੀਂ ਲੋਕਾਂ ਨੇ ਰਹਿਣਾ ਖੁਸ਼ ਵੀ ਰਹਿਣਾ ਬਾਦ ਵੀ ਰਹਿਣਾ ਸੋ ਐਸੀ ਗੱਲਬਾਤ ਨਾਲ ਮੈਨੂੰ ਸਪੋਰਟ ਕਰ ਰਿਹਾ ਤਾਂ ਤੁਹਾਨੂੰ ਮੇਰਾ ਫੈਨ ਪੇਜ ਤਾਂ ਪਤਾ ਹੀ ਹੈ ਪਿੰਕੀ ਸੰਦੇਸ ਪਿੰਕੀ ਮੋਗਿਆ ਲਵ ਯੂ ਗਾਇਸ ਕੀਪ ਸਪੋਰਟਿੰਗ ਪਿੰਕੀ ਸੰਦੇਸ ਪਿੰਕੀ ਮੋਗਿਆ ਤੁਹਾਡੇ ਸਭ ਦਾ ਰੱਬ ਰੱਖਾ ਅੱਲਾ ਹਾਫਿਜ਼ ਜੀ ਸਤਿ ਸ਼੍ਰੀ ਅਕਾਲ